ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੀ ਆਪਾਂ ਅੱਜ ਪਹਿਲੀ ਵਾਰੀ ਮਤਲਬ ਵਲੋਗ ਬਣਾਉਣ ਲੱਗੇ ਹਾਂ, ਅਤੇ ਜੇ ਸਹੀ ਲੱਗਿਆ ਤਾਂ ਫਿਰ ਸਹੀ ਰਿਸਪੋਂਸ ਆਇਆ ਤਾਂ ਫਿਰ ਅੱਗੇ ਵੀ ਬਣਾਵਾਂਗੇ। ਆਪਾਂ ਅੱਜ ਤੁਹਾਨੂੰ ਦੱਸਣ ਲੱਗੇ ਹਾਂ ਪੁਰਤਗਾਲ ਦੇ ਪਿੰਡ, ਆਪਾਂ ਰਹਿੰਦੇ ਹਾਂ ਪਿੰਡ ਗੁਰਦਿਓ। ਇਹ ਜਿਹੜਾ ਹੈਗਾ ਵੀ ਆਪਣਾ ਭੇਜੇ ਦੇ ਲਾਗੇ ਹੀ ਆ, 4 ਕਿਲੋਮੀਟਰ ਦੂਰ ਹੈਗਾ ਪੁਰਤਗਾਲ ਭੇਜਾ, ਭੇਜੇ ਦੇ ਨਾਲ ਹੀ ਹੈਗਾ ਪਨੇਡੇ ਗੁਰਦੋ। ਹਾਂਜੀ, ਅਤੇ ਆਪਾਂ ਇਸ ਘਰ 'ਚ ਰਹਿੰਦੇ ਹਾਂ ਅਤੇ ਇੱਥੇ ਕਾਫੀ ਮੁੰਡੇ ਰਹਿੰਦੇ ਨੇ, ਇਸ ਕਰਕੇ ਮਤਲਬ ਰਹਿਸਾਂ ਦੀ ਥੋੜ੍ਹੀ ਦਿੱਕਤ ਹੋਈ ਹੈ ਇਸ ਟਾਈਮ 'ਚ। ਯਾਨੀ ਕਿ 2022 ਦਸੰਬਰ ਹੈਗਾ ਅਤੇ ਇਸ ਟਾਈਮ ਰਹਿਸਾਂ ਦੀ ਬੜੀ ਔਖੀ। ਇਸ ਗੱਡੀ 'ਚ ਆਪਾਂ ਕੰਮ 'ਤੇ ਜਾਂਦੇ, ਬਿੰਦਰ ਜਾ ਰਿਹਾ ਸਾਹਮਣੇ, ਅਤੇ ਆਪਾਂ ਭਾਅ ਜੀ ਆਪਾਂ ਵੀਡੀਓ 'ਚ ਉਹੀ ਦਿਖਾਉਣਾ ਜੋ ਰੀਅਲ ਹੈ ਨਾ, ਤਾਂ ਆਪਾਂ ਐਡੀਟਿੰਗ ਕਰਨੀ ਹੈ ਨਾ ਕੁਛ, ਆਪਾਂ ਕੁਛ ਵੀ ਇਸ 'ਚ ਚੇਂਜ ਨਹੀਂ ਕਰਨਾ, ਆਪਾਂ ਸੇਮ ਟੂ ਸੇਮ ਹੀ ਦਿਖਾਉਣਾ ਸਾਰਾ ਕੁਛ। ਆਪਾਂ ਇਸ ਘਰ 'ਚ ਰਹਿੰਦੇ ਹਾਂ ਅਤੇ ਆਪਾਂ ਪਹਿਲਾਂ ਤੁਹਾਨੂੰ ਬਾਹਰ ਦਾ ਦਿਖਾ ਦਈਏ ਘਰ ਦਾ, ਫਿਰ ਅੰਦਰ ਵੀ ਲੈ ਕੇ ਜਾਵਾਂਗੇ। ਇਸ ਘਰ 'ਚ ਆਪਾਂ ਰਹਿੰਦੇ ਹਾਂ ਅਤੇ ਉਹ ਲਾਈਵ ਦਾ ਕੰਮ ਕਰਦੇ, ਜੈਤੂਨ ਕਹਿੰਦੇ ਜਿਹਨੂੰ, ਅਤੇ ਇਸ ਗੱਡੀ 'ਚ ਆਪਾਂ ਜਾਂਦੇ ਹਾਂ ਅਤੇ ਇਹ ਘਰ ਹੈਗਾ। ਪਹਿਲਾਂ ਤੁਹਾਨੂੰ ਥੋੜ੍ਹਾ ਬਾਹਰ ਦਾ ਮਾਹੌਲ ਦਿਖਾ ਦਈਏ ਜਿੱਥੇ ਆਪਾਂ ਰਹਿ ਰਹੇ ਹਾਂ, ਇਹ ਸਾਡੇ ਗਵਾਂਢੀ ਨੇ। ਅਤੇ ਮੇਰੀ ਇੱਕੋ ਹੀ ਮਤਲਬ ਸ਼ੁਰੂ ਤੋਂ ਇਹੀ ਥਿੰਕ ਸੀ ਵੀ ਆਪਾਂ ਜੋ ਕੁਛ ਵੀ ਆਪਾਂ ਵਲੋਗ ਬਣਾਉਂਦੇ ਹਾਂ, ਵਲੋਗ ਦਾ ਮਤਲਬ ਹੀ ਇਹੀ ਹੁੰਦਾ ਵੀ ਆਪਾਂ ਸਾਰਾ ਕੁਛ ਰੀਅਲ ਦਿਖਾਉਣਾ, ਜੋ ਕੁਛ ਹੁੰਦਾ ਆ ਆਪਾਂ ਸਾਰਾ ਕੁਛ ਉਹੀ ਦਿਖਾਉਣਾ ਆ, ਆਪਾਂ ਨੂੰ ਕੁਛ ਚੇਂਜ ਨਹੀਂ ਕਰਨਾ ਹੁੰਦਾ। ਅਤੇ ਅੱਜ ਕੱਲ੍ਹ ਜਿਹੜੇ ਮੈਂ ਗਲਤ ਨਹੀਂ ਕਹਿਣਾ ਚਾਹੁੰਦਾ ਕਿਸੇ ਨੂੰ, ਬਾਕੀ ਜਿਹੜੇ ਵਲੋਗ ਬਣਾਉਂਦੇ ਆ ਉਹ ਬਾਕੀ ਐਡੀਟਿੰਗ ਬੜੀ ਕਰਦੇ ਨੇ, ਹੁੰਦਾ ਕੁਛ ਆ ਦਿਖਾਉਂਦੇ ਕੁਛ ਨੇ, ਆਪਾਂ ਬਿਲਕੁਲ ਐਡੀਟਿੰਗ ਨਹੀਂ ਕਰਨੀ, ਜਿੱਦਾਂ ਦੀ ਵੀਡੀਓ ਹੈ ਉੱਦਾਂ ਦੀ ਆਪਾਂ ਸੇਮ ਟੂ ਸੇਮ ਇੱਦਾਂ ਹੀ ਅਪਲੋਡ ਕਰਨੀ ਹੁੰਦੀ ਆ। ਅਤੇ ਆਪਣੇ ਵਲੋਗ ਤਾਂ ਬਿਲਕੁਲ ਦੇਸੀ ਆਉਣੇ, ਆਪਾਂ ਦੇਸੀ ਬੰਦੇ ਹਾਂ ਅਤੇ ਦੇਸੀ ਆਪਾਂ ਸਾਰਾ ਕੁਛ ਰੀਲ ਦਿਖਾਉਣਾ। ਅਤੇ ਇਹ ਆਪਣੇ ਮਤਲਬ ਗੁਆਂਢੀ ਨੇ ਪੁਰਤਗੇਸੀ, ਬਾਕੀ ਬਾਈ ਫਸਟ ਟਾਈਮ ਬਣਾ ਰਿਹਾ, ਜੇ ਕੋਈ ਗਲਤੀ ਮਤਲਬ ਕਿ ਮਿਸਟੇਕ ਹੋਵੇ ਤਾਂ ਇਗਨੋਰ ਕਰਿਓ, ਕਿਉਂਕਿ ਪਹਿਲੀ ਵਾਰੀ ਵੀਡੀਓ ਬਣਾ ਰਿਹਾ ਅਤੇ ਹੁਣ ਪਤਾ ਨਹੀਂ, ਹੁਣ ਹੌਲੀ ਹੌਲੀ ਸਿੱਖ ਜਾਵਾਂਗੇ। ਬਾਕੀ ਆਪਾਂ ਦਿਖਾਉਣਾ ਉਹੀ ਆ ਜੋ ਰੀਅਲ ਆ, ਜੈਨ ਮੈਨ ਸਾਰਾ ਕੁਛ। ਆਪਾਂ ਹੁਣ ਅੰਦਰ ਲੈ ਕੇ ਚੱਲਦੇ ਹਾਂ ਤੁਹਾਨੂੰ। ਇੱਥੇ ਮੰਨ ਲਏ ਇੱਦਾਂ ਦੇ ਬੈੱਡ ਸਿਸਟਮ ਆ, ਇਹ ਬੈਠੇ ਸਾਰੇ ਉਸਤਾਦ। ਕਿੱਦਾਂ ਉਸਤਾਦ ਵਲੋਗ ਬਣ ਰਿਹਾ, ਪਹਿਲੀ ਵਾਰ ਵਲੋਗਰ ਕਾਕਾ ਵਲੋਗਰ ਪੁਰਤਗੇਸੀ, ਇਹ ਮੁੰਡਾ ਸਬਜ਼ੀ ਦੀ ਤਿਆਰੀ ਕਰ ਰਿਹਾ। ਹਾਂ ਵੀ ਖਤਰਿਆ, ਕਿੱਦਾਂ ਵਧੀਆ ਬਣਾ ਰਿਹਾ ਸਬਜ਼ੀ? ਫਿਰ ਚਲੋ ਸਹੀ, ਇਹ ਉਸਤਾਦ ਨੇ ਆਪਣੇ ਸੁੱਤੇ ਪੈਣ, ਠੰਡ ਬੜੀ ਹੋਈ ਹੈ, ਫੋਨ 'ਤੇ ਲੱਗਿਆ ਆਪਣਾ ਗੋਲੂ ਆਸੂ, ਇਹ ਵਿਨੋਦ ਜੀ ਨੇ ਸਾਡੇ ਡਾਇਰੈਕਟਰ ਸਾਹਿਬ, ਅਤੇ ਆਪਾਂ ਇਹ ਆਪਣੀ ਰਸੋਈ ਦਿਖਾਉਂਦੇ ਹਾਂ ਤੁਹਾਨੂੰ। ਇਹ ਰਸੋਈ ਹੈ ਜੀ, ਇਹ ਵੀ ਉਸਤਾਦ ਆਪਣੇ ਪੁਰਾਣੇ ਆਏ ਹੋਏ ਨੇ ਪੁਰਤਗਾਲ 'ਚ। ਕੀ ਧਰਿਆ ਜਨਾਬ ਅੱਜ? ਸਬਜ਼ੀ ਬਣਾ ਰਹੇ ਭਾਜੀ। ਕਾਹਦੀ? ਬੰਦ ਗੋਭੀ। ਬੰਦ ਗੋਭੀ ਬਣਾ ਰਹੇ ਨੇ ਅਤੇ ਇਹ ਕਿਚਨ ਆ ਆਪਣਾ, ਇਹ ਬਾਹਰਲਾ ਆਪਣਾ ਪਿੱਛੇ ਕੱਪੜੇ ਕੁਪੜੇ ਸੁੱਕਣ ਨੂੰ ਪਾਉਂਦੇ ਹਾਂ ਇੱਥੋਂ। ਇੱਧਰ ਵੀ ਹੈਗੇ ਮੁੰਡੇ, ਇੱਧਰ ਵੀ ਰਹਿੰਦੇ ਸੁੱਤੇ ਨੇ, ਆਪਾਂ ਡਿਸਟਰਬ ਨਹੀਂ ਕਰਨਾ। ਇੱਧਰ ਵੀ ਹੈਗੇ ਉਹ ਸੀਸਪਾਲ ਚਾਚਾ ਸਾਡਾ ਸਾਹਮਣੇ ਬੈਠਾ ਆਪਣਾ, ਇਹ ਰਮੇਸ਼ ਨੇ, ਇਹ ਬਿੰਦਰ ਹੈਗਾ ਡਰਾਈਵਰ ਸਾਹਿਬ ਸਾਡੇ। ਹਾਂਜੀ ਹਾਂਜੀ, ਅਤੇ ਆਪਾਂ ਰੌਲਾ ਨਹੀਂ ਪਾਉਣਾ ਅਤੇ ਉਹ ਮੁੰਡੇ ਡਿਸਟਰਬ ਹੁੰਦੇ ਨੇ। ਹਾਂਜੀ, ਅਤੇ ਸ਼ਾਮ ਹੋ ਗਈ, ਇੱਥੇ ਵੱਜ ਗਏ ਨੇ 5 ਇਸ ਟਾਈਮ, ਅਤੇ ਬਾਕੀ ਦੇਖਦੇ ਹਾਂ ਕੀ ਰਿਸਪੋਂਸ ਮਿਲਦਾ ਆਪਣਾ ਵੀਡੀਓ ਦਾ। ਜੇ ਸਹੀ ਮਤਲਬ ਪਸੰਦ ਆਈ ਲੋਕਾਂ ਨੂੰ, ਆਪਣੇ ਭਰਾਵਾਂ ਨੂੰ ਜਿੰਨੇ ਵੀ ਹੈਗੇ ਯੂਟਿਊਬਰ ਯੂਟਿਊਬ ਦੇਖਦੇ ਨੇ ਜਿਹੜੇ, ਅਤੇ ਆਪਾਂ ਹੋਰ ਕੋਸ਼ਿਸ਼ ਕਰਾਂਗੇ, ਹੋਰ ਨਵੀਂ ਤੋਂ ਨਵੀਂ ਵੀਡੀਓ ਬਣਾਵਾਂਗੇ ਸਾਰੀ ਪਿੰਡਾਂ ਦੀਆਂ, ਆਪਣਾ ਅੱਗੇ ਪਿੱਛੇ ਏਰੀਏ ਦੀਆਂ, ਕੰਮ ਦੀਆਂ, ਕੀ ਮਾਹੌਲ ਆ ਕੀ ਨਹੀਂ। ਹੁਣ ਮੈਂ ਇਸ ਟੋਪਿਕ 'ਤੇ ਵੀਡੀਓ ਨਹੀਂ ਬਣਾਉਣੀ ਆ ਵੀ ਕਿੰਨਾ ਪੈਸਾ ਬਣਦਾ ਆ, ਕੀ ਕੰਮ ਆ ਕੀ ਨਹੀਂ। ਕੰਮ ਦੀ ਜ਼ਰੂਰ ਬਣਾਵਾਂਗੇ ਵੀ ਕੰਮ ਕੀ ਆ, ਪਰ ਇਹ ਨਹੀਂ ਵੀ ਤੁਸੀਂ ਆਓ ਜਾਂ ਨਾ ਆਓ, ਆਪਾਂ ਕਿਸੇ ਨੂੰ ਗਲਤ ਸਲਾਹ ਦੇਣੀ ਹੋਈ ਨਹੀਂ ਬਿਲਕੁਲ, ਆਪਾਂ ਸਿਰਫ ਦਿਖਾਉਣਾ ਹੀ ਆ ਵੀ ਕਿਵੇਂ ਦੀ ਲਾਈਫ ਆ ਪੁਰਤਗਾਲ 'ਚ। ਹਾਂਜੀ,